ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ। ਮੇਰਾ ਨਾਮ ਹੈ ਸਦੀਕਾ ਫਾਤਮਾ ਤੇ ਤੁਸੀਂ ਦੇਖ ਰਹੇ ਹੋ ਮਰਵਾ ਫੈਮਿਲੀ ਵਲੌਗ। ਤੇ ਮੈਂ ਤੁਹਾਨੂੰ ਆਪਣੇ ਚੈਨਲ ਮਰਵਾ ਫੈਮਿਲੀ ਵਲੌਗ ਤੇ ਖੁਸ਼ਾਮਦੀਦ ਕਹਿੰਦੀ ਹਾਂ। ਇਸ ਦੇ ਨਾਲ ਹੀ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ, ਮਗਰ ਉਸ ਤੋਂ ਪਹਿਲੇ ਅਗਰ ਤੁਸੀਂ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕੋਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਜੀ ਮੈਂ ਨਾ ਕੀ ਨਾਮ ਲਈਦਾ ਨਾਸ਼ਤਾ ਬਣਾਉਣ ਲੱਗੀ ਹਾਂ ਅਤੇ ਬਾਕੀ ਹਲੇ ਤਾਂ ਸਭ ਸੁੱਤੇ ਹੋਏ। ਨਾਸ਼ਤਾ ਬਣਾਵਾਂਗੀ ਸਿਰਫ ਮੈਂ ਆਪਣੇ ਅਤੇ ਅੰਮੀ ਵਾਸਤੇ, ਬਾਕੀ ਹਲੇ ਸਭ ਸੁੱਤੇ ਹੋਏ ਨੇ। ਜਦੋਂ ਉੱਠਣਗੇ ਫਿਰ ਜਿਸ ਤਰ੍ਹਾਂ ਜਿਸ ਉੱਠਣਗੇ ਮੈਂ ਉਹਨਾਂ ਨੂੰ ਨਾਸ਼ਤਾ ਬਣਾ ਕੇ ਦਿੰਦੀ ਜਾਵਾਂਗੀ, ਕਰ ਲੈਣਗੇ ਜੋ ਉਹਨਾਂ ਨੇ ਕਰਨਾ ਹੋਏਗਾ। ਅਤੇ ਹੁਣ ਮੈਂ ਜਾ ਰਹੀ ਕਿਚਨ 'ਚ, ਲਾਓ ਤਾਂ ਨਹੀਂ ਧਾਰਨੀ, ਮੈਂ ਨਾਸ਼ਤੇ 'ਚ ਕੀ ਬਣਾਉਣ ਲੱਗੀ। ਪਹਿਲੇ ਤਾਂ ਮੈਂ ਭਿਉਣ ਲੱਗੀ ਹਾਂ ਚਨੇ ਸਫੈਦ, ਕਿਉਂਕਿ ਇਰਾਦਾ ਹੈ ਕਿ ਦੁਪਹਿਰ ਨੂੰ ਨਾ ਚਨੇ ਵਾਲੇ ਚਾਵਲ ਬਣਾ ਲਈਏ ਥੋੜ੍ਹੇ ਜਿੰਨੇ। ਚਨੇ ਮੈਂ ਭਿਗੋ ਲੈਣੇ ਅਤੇ ਚਨੇ ਮੈਂ ਰੱਖਦੇ ਨੇ ਧੁੱਪ 'ਚ, ਅਤੇ ਜਿਸ ਤਰ੍ਹਾਂ ਤੁਸੀਂ ਕੱਲ੍ਹ ਵਾਲੀ ਵੀਡੀਓ 'ਚ ਦੇਖਿਆ ਸੀ ਮੈਂ ਗੰਦਮ ਧੋਈ ਸੀ ਅਤੇ ਕਾਫੀ ਯਾਨੀ ਕਿ ਖੁਸ਼ਕ ਹੋ ਗਈ ਆ। ਦੇਖੋ ਇੱਦੀ ਇੱਧਰ ਸਿੱਧਾ ਦੱਸਿਆ ਸੀ ਨਾ ਕਿ ਅੱਧੀ ਸੁਬਾਹ ਦਾ ਟਾਈਮ ਉੱਠਾਂਗੀ ਅਤੇ ਚਾਰਪਾਈ 'ਤੇ ਪਿਛਾ ਤੁਸੀਂ ਚਾਰਪਾਈ 'ਤੇ ਮੇਰੀ ਕਰ ਦਾਂਗੀ। ਕਾਫੀ ਜ਼ਿਆਦਾ ਅੱਛੀ ਤਰ੍ਹਾਂ ਯਾਨੀ ਕਿ ਸਾਫ਼ ਵੀ ਹੋ ਗਈ ਅਤੇ ਇੱਕ ਧੁੱਪ ਹੋਣ ਲੱਗੇਗੀ ਅਤੇ ਇਹ ਬਿਲਕੁਲ ਖੁਸ਼ਕ ਹੋ ਜਾਏਗੀ। ਚਲੋ ਆਇਓ ਕਿਚਨ 'ਚ ਚੱਲਦੇ ਹਾਂ ਅਤੇ ਨਾਸ਼ਤਾ ਬਣਾਉਂਦੇ। ਨਾਸ਼ਤੇ 'ਚ ਮੈਂ ਬਣਾਵਾਂਗੀ ਰੋਟੀ, ਨਾਲੇ ਸਾਲਨ ਅਤੇ ਨਾਲ ਲੱਸੀ। ਪਹਿਲੇ ਮੈਂ ਰੋਟੀ ਸਾਲਨ ਮੈਂ ਓਵਨ 'ਚ ਗਰਮ ਹੋਣ ਵਾਸਤੇ ਰੱਖਤਾ ਅਤੇ ਰੋਟੀ ਬਣਾ ਲਈਏ। ਰੋਟੀਆਂ ਬਣਾ ਲਈਆਂ ਮਗਰ ਉਸ ਤੋਂ ਪਹਿਲੇ ਮੈਂ ਸਲੈਬ ਸਾਫ਼ ਕਰ ਲਾਂਗੀ। ਅਤੇ ਮੈਂ ਤੁਹਾਨੂੰ ਇਸ ਕਰਕੇ ਦਿਖਾ ਰਹੀ ਕਿ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਰੋਟੀਆਂ ਬਣਾਈਏ ਅਤੇ ਨਾਲ ਹੀ ਆ ਗੋਲ ਚੱਕਰ ਖਤਮ ਕਰ ਲਈਏ, ਸਲੈਬ ਸਾਫ਼ ਕਰ ਲਈਏ। ਇੱਕ ਤਾਂ ਆਪਣਾ ਘਰ ਸਾਫ਼ ਸੁਥਰਾ ਲੱਗਦਾ ਅਤੇ ਦੂਸਰਾ ਦੇਖਣ 'ਚ ਵੀ ਅੱਛਾ ਲੱਗਦਾ ਹੈ, ਅਤੇ ਹੋਰ ਵੀ ਬਹੁਤ ਜ਼ਿਆਦਾ ਗੱਲਾਂ ਵੀ ਹੈਗੀਆਂ। ਮੈਨੂੰ ਇੰਨਾ ਯਾਨੀ ਕਿ ਇਲਮ ਨਹੀਂ, ਮਗਰ ਮੈਂ ਜਦੋਂ ਇਸ ਟੋਪਿਕ 'ਤੇ ਮੈਨੂੰ ਕੋਈ ਪਤਾ ਲੱਗੀ ਗੱਲ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਫਿਲਹਾਲ ਤਾਂ ਅਸੀਂ ਸੁਣਿਆ ਕਿ ਬਰਕਤ ਹੁੰਦੀ, ਨਾਲ ਹੀ ਪੂਰੇ ਨਾਲ ਗੋਲਦਾਇਰਾ ਖਤਮ ਕਰ ਦਿਉ, ਰੋਟੀ ਰਿਜ਼ਕ 'ਚ ਕਮੀ ਨਹੀਂ ਹੁੰਦੀ। ਅਤੇ ਪਹਿਲੇ ਮੈਂ ਸਾਫ਼ ਕਰ ਲੈਂਦੀ ਹਾਂ ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ। ਗੋਲ ਦਾਇਰਾ ਮੈਂ ਖਤਮ ਕਰਤਾ ਅਤੇ ਇਹਦਾ ਦੇਖੋ ਰੋਟੀ ਬਣ ਗਈ, ਰੋਟੀ ਚਟਨੀ ਅਤੇ ਸਾਲਨ ਅਤੇ ਨਾਲ ਲੱਸੀ। ਲੱਸੀ ਅੰਮੀ ਲੈ ਗਏ ਨੇ, ਅੰਮੀ ਨੇ ਬਣਾਈ ਹੈ ਅਤੇ ਅੰਮੀ ਲੈ ਗਏ। ਚਲੋ ਨਾਸ਼ਤਾ ਕਰ ਲਈਏ ਅਤੇ ਫਿਰ ਤੁਹਾਨੂੰ ਮਿਲਦੇ। ਮੈਂ ਤਾਂ ਨਾਸ਼ਤਾ ਕਰ ਲਿਆ ਅਤੇ ਇਹ ਇੱਕ ਬੱਚੇ ਨੂੰ ਮਿਲੋ ਜ਼ਰਾ। ਰਾਤ ਦਾ ਸਾਡੇ ਘਰ ਪ੍ਰਾਹੁਣਾ ਆਏ ਹੈ, ਇਹ ਹੁਣ ਉੱਠਿਆ ਅਤੇ ਉਹਨਾਂ ਨਾਸ਼ਤਾ ਕਰ ਰਿਹਾ। ਸਿੱਧੇ ਆ ਸ਼ਿਖਾ ਨਾਨ, ਸਿੱਧੇ ਆ ਸ਼ਿਖਾ, ਲੈ ਆਣ ਸ਼ਿਖਾ, ਸ਼ਾਹ ਸ਼ਿਖਾਤੀ ਰੋਟੀ ਪਕੜੋ, ਰੋਟੀ ਸਿੱਧੇ ਆ ਸ਼ਿਖਾ ਮੇਰਾ ਬੱਚਾ।
ਨਮ 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 ਕਰਕੇ ਲੋਤੀ ਚਾਲੀ ਖਾ ਲੈਣੀ ਨਮ ਨਮ ਕਰਕੇ। ਅੰਨਾ ਭਾਈ ਨੂੰ ਨਹੀਂ ਦੇਣੀ, ਅੰਨਾ ਭਾਈ ਕੋਲ ਬੈਠਾ ਹੈ, ਸਮਝ ਲਗਾਈ ਦੀ ਰੋਟੀ ਨੂੰ ਹੱਥ ਕੀ ਕਰਦਾ। ਹਮਦਰਦੀ ਰੋਟੀ ਖਾਣ ਲੱਗੇ, ਉਮਰਾਂ ਨੂੰ ਹਮਦਰਦੀ ਰੋਟੀ ਖਾਣ ਲੱਗੇ ਤੇ ਹੈ ਗੁੱਸਾ ਚੜ ਰਿਹਾ ਹਮਦਾ ਵੱਲ ਨਾ, ਗੁੱਸਾ ਦੇਖ ਰਿਹਾ। ਥੋੜ੍ਹੀ ਦੇਰ ਪਹਿਲਾਂ ਨਾ ਹਮਦਾ ਨੇ ਰੋਟੀ ਨੂੰ ਹੱਥ ਲਗਾਇਆ ਅਤੇ ਇਹਨੇ ਨਾ ਹਮਦਾ ਨੂੰ ਮਾਰਨ ਲੱਗਾ ਵੀ ਬਈ ਰੋਟੀ ਮੈਂ ਖਾਣੀ। ਅਤੇ ਜੀ ਦੁਪਹਿਰ ਦਾ ਟਾਈਮ ਹੈ ਅਤੇ ਬਿਰਿਆਨੀ ਬਣ ਕੇ ਤਿਆਰ ਹੋ ਗਈ ਹੈ, ਚਨਿਆਂ ਵਾਲੀ। ਚਨਿਆਂ ਵਾਲੇ ਚਾਵਲ ਮੈਂ ਪਕਾ ਲਏ ਸੀ, ਰੈਸਪੀ ਉਹਨੀ ਮੈਂ ਸ਼ੇਅਰ ਕੀਤੀ ਹੋਈ ਆਪਣੇ ਚੈਨਲ 'ਤੇ, ਅਤੇ ਇਸ ਕਰਕੇ ਮੈਂ ਦੁਬਾਰਾ ਪਾਈ। ਬੱਚੇ ਖਾਣ ਲੱਗ ਪਏ ਨੇ ਕਿਉਂਕਿ ਦੁਪਹਿਰ ਦਾ ਟਾਈਮ ਹੈ ਅਤੇ ਭੁੱਖ ਲੱਗੀ ਹੋਈ ਸਭ ਨੂੰ। ਮੈਂ ਸਰ ਬਣਾ ਯਾਨੀ ਕਿ ਮੈਂ ਫਿਰ ਠੰਡੇ ਹੋ ਜਾਂਦੇ ਜੀ ਖੁੱਲ੍ਹੇ ਬਰਤਨ 'ਚ ਰੱਖੇ ਹੋਏ। ਦੁਪਹਿਰ ਦਾ ਖਾਣਾ ਸ਼ਾਨਾ ਖਾ ਕੇ ਅਤੇ ਥੋੜ੍ਹੀ ਦੇਰ ਵਾਸਤੇ ਫਿਰ ਲੇਟ ਗਏ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ, ਕੋਈ ਕੰਮ ਸ਼ੰਮ ਨਹੀਂ ਕੀਤਾ। ਅਤੇ ਜਦੋਂ ਪੁਲਾਓ ਵਗੈਰਾ ਬਣਾਇਆ ਹੋਵੇ ਦੁਪਹਿਰ ਦੇ ਟਾਈਮ 'ਤੇ, ਫਿਰ ਬਾਅਦ 'ਚੋਂ ਖਾਣਾ ਸ਼ਾਮ ਦੇ ਟਾਈਮ ਨਹੀਂ ਬਣਾਇਆ, ਬਣਾਉਣ ਦੀ ਜ਼ਰੂਰਤ ਪੈਂਦੀ ਕਿਉਂਕਿ ਫਿਰ ਉਹੀ ਖਾ ਪੀ ਲਈਦਾ। ਅਤੇ ਇਸ ਕਰਕੇ ਮੈਂ ਮਜ਼ੀਦ ਤੁਹਾਡੇ ਵਾਸਤੇ ਕੋਈ ਵੀਡੀਓ ਨਹੀਂ ਬਣਾ ਸਕੀ। ਅਤੇ ਅੱਜ ਦੀ ਛੋਟੀ ਜਿਹੀ ਨਵੀਂ ਵੀਡੀਓ ਨੂੰ ਲਾਈਕ ਕਰਨਾ, ਪਸੰਦ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਨਾ ਭੁੱਲਣਾ। ਅਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।